ਭੀੜ ਦਿਸਣੀ ਨਹੀਂ ਹੈ। ਤੇ ਯਿਸੂ ਮਸੀਹ ਦੇ ਪਿੱਛੇ ਭੀੜ ਸੀ, ਤੇ ਜਦੋਂ ਯਿਸੂ ਮਸੀਹ ਨੇ ਸੱਚਾ ਕਲਾਮ ਸੁਣਾਤਾ, ਜਦੋਂ ਯਿਸੂ ਮਸੀਹ ਨੇ ਤੁਹਾਨੂੰ ਇਹ ਗੱਲ ਸੱਚੀ ਦੱਸੀ, ਕਲਾਮ ਸੱਚਾ ਦੱਸਿਆ, ਤਾਂ ਯਿਸੂ ਮਸੀਹ ਦੇ ਅੱਧੇ ਚੇਲੇ ਕੀ ਹੋ ਗਏ? ਪਛਾਣ ਮੁੜ ਗਏ। ਚੇਲੇ ਲਿਖਿਆ ਭੀੜ ਤਾਂ ਦੌੜੀ, ਚੇਲੇ ਵੀ ਕੀ ਹੋ ਗਏ? ਪ੍ਰਭੂ ਦੇ ਪਛਾਣ ਮੁੜ ਗਏ। ਗੁਰੂ ਜੀ ਚਰਚ ਵਿੱਚ ਜਦੋਂ ਦਾ ਮੈਂ ਸੱਚਾ ਕਲਾਮ ਸੁਣਾਉਣਾ ਸ਼ੁਰੂ ਕੀਤਾ, ਮੈਂ ਕਿਸੇ ਪਾਸਟਰ ਦਾ ਕਿਸੇ ਵਿਸ਼ਵਾਸੀ ਦਾ ਲਿਹਾਜ਼ ਨਹੀਂ ਕਰਦਾ। ਜੇ ਉਹ ਗਲਤ ਹੁੰਦਾ ਤਾਂ ਮੈਂ ਗਲਤ ਕਹਿਣਾ, ਜੇ ਸਹੀ ਹੈ ਤਾਂ ਮੈਂ ਸਹੀ ਕਹਿਣਾ। ਜਦੋਂ ਸੱਚਾਈ ਸੁਣਾਉਣੀ ਮੈਂ ਸ਼ੁਰੂ ਕੀਤੀ, ਬਹੁਤੇ ਲੋਕ ਆ ਜਿਹੜੇ ਚਰਚ ਵਿੱਚੋਂ ਕੀ ਹੋ ਗਏ? ਬੋਲੋ, ਪਿੱਛੇ ਹਟੇ ਆ। ਤੇ ਫਿਰ ਕਿਸੇ ਕਿਸੇ ਨੂੰ ਉਹਨਾਂ ਨੇ ਖਬਰਾਂ ਪਹੁੰਚਾਉਣੀਆਂ, ਕਦੀ ਭਾਈ ਛਿੰਦੇ ਨੂੰ, ਕਦੀ ਮਨਜੀਤ ਸਿੰਘ ਨੂੰ, ਕਦੀ ਕਿਸੇ ਨੂੰ, ਕਦੀ ਕਿਸੇ ਨੂੰ। ਅਸੀਂ ਚਰਚ ਵਿੱਚ ਤਾਂ ਹਟੇ, ਪਾਸਟਰ ਸਾਹਿਬ ਨੇ ਆਹ ਗੱਲ ਕਹਿਤੀ ਸੀ, ਪਾਸਟਰ ਸਾਹਿਬ ਨੇ ਕੁੜੀਆਂ ਦੇ ਬਾਰੇ ਆਹ ਗੱਲ ਕਹੀ, ਮੁੰਡਿਆਂ ਬਾਰੇ ਆਹ ਗੱਲ ਕਹੀ, ਕੁੜੀਆਂ ਬਾਰੇ ਆਹ ਗੱਲ ਕਹੀ। ਕਿਉਂ ਉਹਨਾਂ ਨੂੰ ਕਿਉਂ ਗੱਲਾਂ ਨਹੀਂ ਚੰਗੀਆਂ ਲੱਗੀਆਂ? ਕਿਉਂਕਿ ਉਹ ਸੱਚ ਸੁਣਨਾ ਭਾਈ ਛਿੰਦਾ ਜੀ ਚਾਹੁੰਦੇ ਨਹੀਂ ਸੀ। ਉਹ ਸਿਰਫ ਚਾਹੁੰਦੇ ਸੀ ਸਾਡੀ ਕੰਨਾਂ ਦੀ ਖੁਜਲੀ ਪਾਸਟਰ ਜੀ ਮਿਟਾਉਣ, ਵੀ ਬਸ ਸਾਡੇ ਲਈ ਭਵਿੱਖਬਾਣੀ ਕਰਨ, ਸਾਨੂੰ ਚੰਗੀਆਂ ਚੰਗੀਆਂ ਗੱਲਾਂ ਦੱਸਣ, ਬਰਕਤਾਲੀਆਂ ਸੱਚੀਆਂ ਗੱਲਾਂ ਨਾ ਦੱਸਣ। ਤੇ ਭਾਈ ਛਿੰਦਾ ਜੀ ਇਸ ਲਈ ਇਸ ਚਰਚ ਵਿੱਚ ਆਉਂਦਾ, ਇੱਥੇ ਸੱਚਾਈ ਸੁਣਾਈ ਜਾਂਦੀ ਆ। ਉਹਨਾਂ ਨੂੰ ਮੇਰੇ ਨਾਲ ਪਿਆਰ ਨਹੀਂ, ਕਲਾਮ ਨਾਲ ਪਿਆਰ ਹੈ, ਜਿਹੜਾ ਸੱਚਾ ਸਾਫ਼ ਤੇ ਸੁਥਰਾ ਕਲਾਮ ਸੁਣਾਇਆ ਜਾਂਦਾ, ਇਸ ਲਈ ਆ ਰਹੇ ਆ। ਪਰਮੇਸ਼ਵਰ ਨੂੰ ਅਸੀਂ ਕਿਉਂ ਲੱਭਦੇ ਹਾਂ? ਅੱਜ ਮੇਰਾ ਤੁਹਾਡੇ ਕੋਲ ਸਵਾਲ ਹੈ, ਤੁਸੀਂ ਕਿਉਂ ਲੱਭਦੇ ਹੋ ਪ੍ਰਭੂ ਨੂੰ? ਪਤਰਸ ਨੂੰ ਵੀ ਪ੍ਰਭੂ ਕਹਿੰਦਾ ਜੇ ਤੁਸੀਂ ਵੀ ਜਾਣਾ ਤੇ ਚੱਲ ਜਾ। ਤੇ ਪਤਰਸ ਨੇ ਜਵਾਬ ਦਿੱਤਾ, ਪ੍ਰਭੂ ਜੀ ਇਸ ਦਿਨ ਕਿਉਂ ਲੱਭਿਆ? ਹਾਂਜੀ ਪੜੋ, ਪਤਰਸ ਜੀ ਤੁਸੀਂ ਕਿਉਂ ਲੱਭੇ ਯਿਸੂ ਮਸੀਹ ਨੂੰ? ਸ਼ਮੌਨ ਪਤਰਸ ਨੇ ਉਹਨੂੰ ਉੱਤਰ ਦਿੱਤਾ, ਇੱਕ ਬੰਦਾ ਵਾ, ਉਹਦੇ ਨਾਮ ਕਿੰਨੇ ਆ? ਕਿੰਨੇ ਨਾਮ ਉਹਦੇ? ਕਿਹੜੇ ਕਿਹੜੇ ਨਾਮ ਆ? ਸ਼ਮੌਨ ਪਤਰਸ, ਜਿਹੜਾ ਸਾਡਾ ਦੋਨਾਂ ਭਰਾਵਾਂ ਦਾ ਨਾਮ ਆ ਨਾ, ਉਹ ਇਸੇ ਲਈ ਮੇਰੇ ਬਾਪ ਨੇ ਰੱਖਿਆ ਸੀ। ਇੱਕ ਬੰਦੇ ਦੇ ਦੋ ਨਾਮ ਸੀ, ਇੱਥੇ ਦੋ ਬੰਦਿਆਂ ਦੇ ਦੋਨਾਂ ਦੇ ਅਲੱਗ ਅਲੱਗ ਨਾਮ ਆ। ਮੇਰਾ ਨਾਮ ਸ਼ਮੌਨ ਆ, ਤੇ ਇਹਦਾ ਨਾਮ ਕੀ ਹੈ ਭਾਈ ਦਾ? ਪਤਰਸ ਆ। ਹਾਲੇਲੂਇਆ, ਪ੍ਰਭੂ ਦਾ ਇਹ ਸਭ ਤੋਂ ਖਾਸ ਤੇ ਦਲੇਰ ਚੇਲਾ ਸੀ, ਹਰ ਵਕਤ ਆਪਣੇ ਨਾਲ ਤਲਵਾਰ ਰੱਖਦਾ ਸੀ। ਜਦੋਂ ਯਿਸੂ ਮਸੀਹ ਕੋਈ ਉਂਗਲ ਕਰਦਾ ਸੀ, ਵੜਦੀ ਹੈ ਪ੍ਰਭੂ ਜੀ ਇਹਨੂੰ ਦਈਏ ਦੇ ਨਾਸਾਂ 'ਚ ਘਸਾਉਂਦਾ। ਹਾਲੇਲੂਇਆ। ਤੇ ਸਾਡਾ ਨਾਮ, ਮੇਰੇ ਫਾਦਰ ਨੇ ਮੇਰਾ ਨਾਮ ਸ਼ਮੌਨ ਤੇ ਭਾਈ ਪਤਰਸ ਦਾ ਨਾਮ ਰੱਖਿਆ, ਇਸ ਲਈ ਕਿਉਂਕਿ ਪ੍ਰਭੂ ਦੇ ਦਾਸ ਨੇ ਬਿਸ਼ਪ ਰਾਜਕੁਮਾਰ ਜੀ ਨੇ ਪਤਰਸ ਦੀ ਜ਼ਿੰਦਗੀ ਦੇ ਉੱਤੇ ਬੜੀ ਗੌਰ ਕੀਤੀ ਸੀ, ਵੀ ਖੁਦਾ ਦਾ ਚੇਲਾ ਸੀ ਜਿਹੜਾ ਪ੍ਰਭੂ ਦੇ ਨਾਲ ਹਰ ਵੇਲੇ ਕਾਲਾ ਰਹਿੰਦਾ ਸੀ ਕੰਮ ਕਰਨ ਨੂੰ। ਕੋਈ ਕੰਮ ਕਰਨਾ ਪਤਰਸ ਕਹਿੰਦਾ, ਪ੍ਰਭੂ ਜੀ ਮੈਨੂੰ ਕਹੋ, ਮੈਨੂੰ ਕਹੋ, ਮੈਨੂੰ ਕਹੋ, ਹਰੇਕ ਕੰਮ ਦੇ ਵਿੱਚ ਅੱਗੇ ਸੀ। ਅਤੇ ਪ੍ਰਭੂ ਦੇ ਦਾਸ ਨੇ ਸਾਡਾ ਦੋਨਾਂ ਭਰਾਵਾਂ ਦਾ ਨਾਮ ਰੱਖਿਆ, ਸ਼ਮੌਨ ਅਤੇ ਪਤਰਸ। ਉੱਥੇ ਇੱਕ ਬੰਦੇ ਦਾ